ਕੈਨੇਡਾ ਵੀਜ਼ੇ ਉੱਤੇ ਇੱਕ ਬਹੁਤ ਵੱਡਾ ਬਦਲਾਅ ਆਪਾਂ ਨੂੰ ਦੇਖਣ ਨੂੰ ਮਿਲਿਆ ਜੀ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬੀਆਂ ਦੇ ਲਈ ਜੋ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਆ ਜਾਂ ਫਿਰ ਜੋ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਆ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਤੁਹਾਡੀ ਇੱਕ ਵੀਡੀਓ ਲਾਈਕ ਕਰਨਾ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਆ ਕਿਉਂਕਿ ਅਸੀਂ ਕੈਨੇਡਾ ਦੀ ਹਰ ਇੱਕ ਅਪਡੇਟ ਅਪਲੋਡ ਕਰਦੇ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਬਹੁਤ ਸਾਰੇ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ ਤੇ ਬ ਸਾਰੇ ਲੋਕ ਅੱਜ ਉੱਥੇ ਸੈਟਲ ਹੋਣਾ ਚਾਹੁੰਦੇ ਆ ਤੇ ਇੱਕ ਬਹੁਤ ਵੱਡਾ ਸਹੀ ਡਿਸੀਜਨ ਵੀ ਆਪਾਂ ਉਹਨਾਂ ਲਈ ਲਿਆ ਕਹਿ ਸਕਦੇ ਆ ਪਰ ਉਹਦੇ ਲਈ ਤੁਹਾਡੇ ਕੋਲੇ ਹਰੇਕ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਤੁਸੀਂ ਉੱਥੋਂ ਆਪਣਾ ਸੁਪਨੇ ਨੂੰ ਪੂਰਾ ਕਰ ਸਕਦੇ ਆ ਆਪਾਂ ਰੀਸੈਂਟਲੀ 31 ਦਸੰਬਰ 2023 ਦੇ ਵਿੱਚ ਬਹੁਤ ਸਾਰੇ ਕੈਨੇਡਾ ਦੇ ਵੱਲੋਂ 네ਗੇਟਿਵ ਨਿਊਜ਼ਾਂ ਦੇਖਣ ਨੂੰ ਮਿਲੀਆਂ ਸੀ ਤੇ ਕੈਨੇਡਾ ਨੇ ਬਹੁਤ ਸਾਰੇ ਇਹੋ ਜਿਹੇ ਡਿਸੀਜਨ ਲਏ ਸੀ ਜੋ ਆਪਣੇ ਪੰਜਾਬੀ ਭਾਰਤੀਆਂ ਲਈ ਬਹੁਤ ਜ਼ਿਆਦੇ ਮਤਲਬ ਕਿ ਹਾਨੀਕਾਰਕ ਸੀ ਕਹਿ ਸਕਦੇ ਚਾਹੇ ਉਹ ਸਟੱਡੀ ਵੀਜ਼ਾ ਸੀ ਸਟੂਡੈਂਟ ਚਾਹੇ ਉੱਥੇ ਗਏ ਸੀ ਚਾਹੇ ਵਰਕ ਪਰਮਿਟ ਸੀ ਵਿਜ਼ਟਰ ਵੀਜ਼ਾ ਸੀ ਕਿਸੇ ਵੀ ਵੀਜ਼ੇ ਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ ਪਰ ਅੱਜ ਬਹੁਤ ਵੱਡੀ ਖੁਸ਼ਖਬਰੀ ਇਹ ਹੈ ਪੰਜਾਬੀਆਂ ਦੇ ਲਈ ਜੋ ਪੰਜਾਬੀ ਸਟੂਡੈਂਟ ਕੈਨੇਡਾ ਦੇ ਵਿੱਚ ਕੰਮ ਕਰਦੇ ਆ ਜੋ ਬੱਚੇ ਜਿਨ੍ਹਾਂ ਦੇ ਕੰਮ ਕਰਦੇ ਆ 31 ਦਸੰਬਰ 2023 ਨੂੰ ਕੈਨੇਡਾ ਗਵਰਨਮੈਂਟ ਨੇ ਇੱਕ ਫੈਸਲਾ ਲਿਆ ਸੀ ਕਿ ਤੁਹਾਡਾ ਜੋ ਵਰਕ ਪਰਮਿਟ ਉਹ ਐਕਸਟੈਂਡ ਨਹੀਂ ਕੀਤਾ ਜਾਊਗਾ ਮਤਲਬ ਕਿ ਜੇਕਰ ਉਹਨਾਂ ਦਾ ਵਰਕ ਪਰਮਿਟ ਸਟੂਡੈਂਟ ਦਾ ਐਕਸਟੈਂਡ ਨਹੀਂ ਕੀਤਾ ਜਾਊਗਾ ਤਾਂ ਉਹਨਾਂ ਨੂੰ ਭਾਰਤ ਵਾਪਸ ਆਉਣਾ ਪੈਣਾ ਸੀ ਪਰ ਉੱਥੇ ਜਿੱਦੋਂ ਜਿਹੜ ਤੋਂ ਲੈ ਕੇ ਲੋਕਾਂ ਨੇ 7000 ਸਟੂਡੈਂਟ ਨੇ ਤੋਂ ਵੱਧ ਸਟੂਡੈਂਟਾਂ ਨੇ ਉੱਥੇ ਧਰਨੇ ਲਾਏ ਮਤਲਬ ਕਿ ਇੱਕ ਪ੍ਰਦਰਸ਼ਨ ਕੀਤਾ ਗਵਰਨਮੈਂਟ ਦੇ ਖਿਲਾਫ ਉਥੋਂ ਦੇ ਧਰਨੇ ਲਾਏ ਗਏ ਤੇ 7000 ਸਟੂਡੈਂਟ ਦਾ ਵਰਕ ਪਰਮਿਟ ਤਾਂ ਜੀ ਐਕਸਪਾਇਰ ਹੋਣਾ ਸੀ ਉਸ ਦੇ ਨਾਲ ਹੋਰ ਵੀ ਕਈ ਇਲਾਕਿਆਂ ਦੇ ਜਿਵੇਂ ਟ੍ਰਾਂਟੋ ਸਰੀ ਵੈਂਕੂਵਰ ਦੇ ਸਟੂਡੈਂਟਰ ਨੇ ਵੀ ਸਾਥ ਦਿੱਤਾ ਮਿਨੀਟੋਬਾ ਦੇ ਸਟੂਡੈਂਟਾਂ ਦਾ ਸਭ ਤੋਂ ਪਹਿਲਾਂ ਮਿਨੀਟੋਬਾ ਦੇ ਸਟੂਡੈਂਟ ਹੀ ਉਹ ਸਟੂਡੈਂਟ ਆ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਵੀਜ਼ਾ ਜੋ ਉੱਥੇ ਐਕਸਪਾਇਰ ਹੋਣਾ ਸੀ ਮਤਲਬ ਕਿ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਸੀ ਉਹਨਾਂ ਨੇ ਧਰਨੇ ਲਾਏ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਡਾ ਜੋ ਵਰਕ ਪਰਮਿਟ ਆ 3 ਸਾਲ ਲਈ ਹੋਰ ਐਕਸਟੈਂਡ ਕੀਤਾ ਜਾਵੇ ਮਤਲਬ ਕਿ ਸਾਨੂੰ 3 ਸਾਲ ਦੇ ਲਈ ਹੋਰ ਵਰਕ ਪਰਮਿਟ ਮਿਲਿਆ ਜਾਵੇ ਪਰ ਉਹਨਾਂ ਦੀ ਜੋ ਇਹ ਕਿ ਕਹਿੰਦੇ ਕਿ ਮੀਨ ਲੀਡਰ ਹੈ ਮੇਨ ਲੀਡਰ ਨੇ ਇਹ ਖਬਰ ਆਪਣੀ ਗਵਰਨਮੈਂਟ ਤੱਕ ਪਹੁੰਚਾਈ ਗਵਰਨਮੈਂਟ ਤੋਂ ਬਾਅਦ ਟਰੂਡੋ ਸਰਕਾਰ ਨੇ ਫੈਸਲਾ ਲਿਆ ਕਿ 3 ਸਾਲ ਤਾਂ ਨਹੀਂ ਪਰ 2 ਸਾਲ ਦਾ ਉਹਨਾਂ ਲਈ ਵਰਕ ਪਰਮਿਟ ਹੈ ਜੋ ਐਕਸਟੈਂਡ ਕਰ ਦਿੱਤਾ ਗਿਆ ਹੈ ਮਤਲਬ ਕਿ ਉਹ ਜਿੰਨੇ ਵੀ ਸਟੂਡੈਂਟ ਆ ਜਿੰਨੇ ਵੀ ਉਹ ਲੋਕਾ ਪੰਜਾਬ ਜਾਂ ਇੰਡੀਆ ਵਾਪਸ ਨਹੀਂ ਆਉਣਗੇ ਤਿੰਨ ਸਾਲਾਂ ਦਾ ਤਾਂ ਨਹੀਂ ਪਰ ਉਹਨਾਂ ਨੂੰ 2 ਸਾਲ ਦਾ ਹੋਰ ਵਰਕ ਪਰਮਿਟ ਹੈ ਜੋ ਐਕਸਟੈਂਡ ਹੋ ਚੁੱਕਿਆ ਸੀ ਕਿੱਥੇ ਵਿਚਾਰ ਰਹੇ ਨੇ ਆਪਣਾ ਵਾਪਸ ਆਉਣਾ ਸੀ ਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਦੇ ਬੱਚੇ ਉਧਰ ਗਏ ਆ ਜਾਂ ਜਿਨ੍ਹਾਂ ਦੇ ਬੱਚੇ ਉਧਰ ਜਾਣਾ ਚਾਉਂਦੇ ਆ ਸਭ ਤੋਂ ਵੱਡੀ ਨਿਊਜ਼ ਆਪਣੀ ਇਹੀ ਹੈ ਕਿ ਆਪਾਂ ਵਰਕ ਪਰਮਿਟ ਲਈਏ ਫਿਰ ਆਪਾਂ ਆਪਣੀ ਪੀਆਰ ਨੂੰ ਅਪਲਾਈ ਕਰ ਸਕਦੇ ਆ ਤੇ ਉੱਥੇ ਹਮੇਸ਼ਾ ਲਈ ਆਪਾਂ ਸੈਟ